Tante seviyale ravana Tante seviyale ravana रसना राम नाम हित जाके रसना राम नाम हित रसना राम नाम
Baby.
ਦਾ ਹੱਲ ਕਰਦੇ ਹਾਂ, ਉਸਦਾ ਜਵਾਬ ਤਾਂ ਤਿਆਰ ਕਰਦੇ ਹਾਂ, ਸ਼ਬਦ ਸਮਾਪਤ ਹੋ ਜਾਂਦਾ। ਹੁਣ ਕਹਿੰਦੇ ਨੇ ਮਨੁੱਖੀ ਜ਼ਿੰਦਗੀ ਹੈ ਕੀ? ਮਨੁੱਖੀ ਜ਼ਿੰਦਗੀ ਹੈ ਕੀ? ਔਰ ਇਹ ਤਾਂ ਕਮ ਸੇ ਕਮ ਪਿਛਲੇ ਕਈ ਦਿਨਾਂ ਤੋਂ ਕਈ ਵਾਰ ਇਹ ਸਵਾਲ ਖੜਾ ਹੋਇਆ, ਜਿਹਦੇ ਵਿੱਚ ਗੁਰੂ ਅੱਗੇ ਵੀ ਬਾਬਾ ਕਬੀਰ ਜੀ ਨੇ ਅਰਦਾਸ ਕੀਤੀ, ਦੱਸੋ ਮੈਂ ਕਿਉਂ ਪੈਦਾ ਹੋਇਆ, ਕਵਨ ਕਾਜ ਸਿਰਜੇ ਜਗ ਦਿੱਤਾ, ਜਨਮ ਕਵਨ ਫਲ ਪਾਇਆ, ਕਿਸ ਕੰਮ ਆਇਆ, ਕਿੱਥੇ ਜਾਣਾ ਕੁਛ ਪਤਾ ਨਹੀਂ, ਆ ਰਿਹਾ ਜਾ ਰਿਹਾ। ਜੀਵਨ ਦਾ ਹਰ ਦਿਨ ਇੱਕ ਕਦਮ ਹੈ ਨਾ, ਤੇ ਮੌਤ ਤੱਕ ਮੰਜ਼ਿਲ ਤੈਅ ਕਰ ਰਿਹਾ ਹਰ ਕਦਮ, ਜਿਵੇਂ ਹਰ ਆਇਆ ਦਿਨ ਮਾਨੋ ਜ਼ਿੰਦਗੀ ਦਾ ਇੱਕ ਕਦਮ ਹੈ, ਅੱਗੇ ਵੱਧ ਰਿਹਾ ਮੌਤ ਵੱਲ, ਇੱਕ ਸਫ਼ਰ ਸ਼ੁਰੂ ਹੋ ਗਿਆ। ਜਿਸ ਦਿਨ ਇਸ ਨੇ ਜਨਮ ਲਿਆ ਉਸ ਦਿਨ ਇੱਕ ਜੀਵਨ ਦਾ ਸਫ਼ਰ ਸ਼ੁਰੂ ਹੋ ਗਿਆ। ਆਇਆ ਕਿੱਥੋਂ ਪਤਾ ਕੋਈ ਨਹੀਂ, ਕੋਈ ਪੁੱਛੇ ਤੂੰ ਕਿੱਥੋਂ ਆਇਆ ਕੋਈ ਪਤਾ ਨਹੀਂ। ਜੀਵਨ ਦਾ ਸਫ਼ਰ ਕਰੀ ਜਾਣਾ ਹੈ, ਕਰੀ ਜਾਣਾ ਹੈ, ਮੰਜ਼ਿਲ ਕਦੋਂ ਆਉਣੀ ਹੈ ਇਹ ਤੈਨੂੰ ਅਜੇ ਪਤਾ ਕੋਈ ਨਹੀਂ, ਤੇ ਉਸ ਮੰਜ਼ਿਲ ਦਾ ਕੀ ਸਰੂਪ ਹੈ, ਉੱਥੇ ਜਾ ਕੇ ਤੈਨੂੰ ਕੀ ਮਿਲਣਾ ਹੈ, ਇਹ ਵੀ ਖੁਆਬ ਹੈ। ਕਿਸੇ ਨੇ ਆਪ ਦਿੱਤਾ ਗੁਨਾਹਾਂ ਦੀ ਵਿਚਾਰ ਹੋਣੀ ਹੈ, ਨਰਕ ਮਿਲਣਾ ਹੈ, ਸਵਰਗ ਮਿਲਣਾ ਹੈ, ਬਹਿਸ਼ਤ ਮਿਲਣਾ ਹੈ, ਸੁੱਖ ਮਿਲਣੇ ਨੇ, ਦੁੱਖ ਮਿਲਣੇ ਨੇ, ਕੁੰਭੀ ਨਰਕ ਵਿੱਚ ਪਾਇਆ ਜਾਏ, ਵੱਖ ਵੱਖ ਕਿਸਮ ਦੇ ਖਿਆਲਾਂ ਦੇ ਜਾਲ ਨੇ ਮਨੁੱਖ ਨੂੰ ਘੇਰਿਆ ਹੋਇਆ। ਜਿਸ ਮੰਜ਼ਿਲ ਵੱਲ, ਮੌਤ ਦੀ ਮੰਜ਼ਿਲ ਵੱਲ ਵੱਧ ਰਹੇ ਹਾਂ ਜੀਵਨ ਦੇ ਆਰੰਭ ਤੋਂ, ਉੱਥੇ ਕੀ ਹੈ ਕੁਛ ਪਤਾ ਨਹੀਂ। ਸਵਾਲ ਦਾ ਸਵਾਲ, ਔਰ ਜਿਹੜੀ ਚੀਜ਼ ਉਲਝਣ ਬਣ ਜਾਏ ਨਾ ਮਨੁੱਖ ਉਹਦੇ ਵਿੱਚੋਂ ਨਿਕਲਣਾ ਚਾਹੁੰਦੇ, ਸੁਭਾਅ ਉਲਝ ਕੇ ਨਹੀਂ ਜਿਉਣਾ ਚਾਹੁੰਦਾ, ਕਿਉਂਕਿ ਸਦੀਆਂ ਬੀਤ ਗਈਆਂ ਨੇ, ਧਰਮ ਦੇ ਖੇਤਰ ਵਿੱਚ ਵੀ ਇਸ ਗੱਲ ਦਾ ਮਕੂਲ ਜਵਾਬ ਕੋਈ ਨਹੀਂ ਕਹੀ ਦੇ ਸਕਿਆ, ਕਿਉਂਕਿ ਮਰਨ ਤੋਂ ਬਾਅਦ ਕਿੰਨੇ ਆ ਕੇ ਦੱਸਣਾ ਕਿ ਮੈਨੂੰ ਵੀ 4-5 ਸਾਲ ਪੁਰਾਣੀ ਗੱਲ, ਬੱਚਿਆਂ ਨੂੰ ਸਵਾਲ ਕਰ ਦਿੱਤਾ ਕੈਂਪ ਲੱਗਣਾ, 4-5 ਸਾਲ ਪੁਰਾਣੀ ਗੱਲ ਕੈਂਪ ਦੀ, ਬੱਚਿਆਂ ਵਿੱਚੋਂ ਇੱਕ ਕੁਐਸਚਨ ਆਇਆ ਜੀ ਮਰਨ ਤੋਂ ਬਾਅਦ ਕੀ ਹੁੰਦਾ, ਬੱਚੇ ਬੜੇ ਖੂਬਸੂਰਤ ਸਵਾਲ ਕਰਦੇ ਨੇ, ਕਹਿੰਦੇ ਮੈਂ ਕਿਹਾ ਸੱਚਾਈ ਬੇਟਾ ਇਹ ਹੈ ਜੇ ਮਰ ਗਿਆ ਤੇ ਮਰਨ ਤੋਂ ਬਾਅਦ ਉਹਨੂੰ ਵਾਪਸ ਆਉਣ ਦਾ ਚਾਂਸ ਹੋਇਆ, ਆ ਕੇ ਦੱਸਿਆ ਨਾ ਕੀ ਹੁੰਦਾ, ਅਰੇ ਤਾਂ ਸਭ ਖੁਆਬ, ਸੱਚਾਈ ਹੈ ਸਭ ਨੇ ਖੁਆਬ ਆਪਣੇ ਆਪਣੇ ਪੈਦਾ ਕੀਤੇ, ਖਿਆਲਾਂ ਦੀ ਦੁਨੀਆਂ ਵਿੱਚ ਇੱਕ ਦੂਜੇ ਨੂੰ ਉਲਝਾਈ ਜਾ ਰਹੇ ਹੈ। ਸੁਣੋ ਰੇ ਤੂੰ ਕਵਣ ਕਹਾਂ ਤੇ ਆਇਆ ਦੱਸ, ਪਰ ਦੁਨੀਆਂ ਦੇ ਹਰ ਮਨੁੱਖ ਨੂੰ ਜੀਵਨ ਮਿਲਿਆ ਕੋਈ ਗੱਲ ਤੇ ਹੈ ਨੀ ਕਿ 1-2-4 ਦਸਾਂ ਨੂੰ ਮਿਲਿਆ ਹੋਵੇ, ਔਰ ਕਿਸੇ ਦਾ ਵੀ ਇਹ ਮਸਲਾ ਹੱਲ ਨਹੀਂ ਹੋਇਆ। ਹਰ ਇੱਕ ਆਦਮੀ ਦੇ ਸਾਹਮਣੇ ਇਹ ਉਲਝਣ ਖੜੀ ਹੈ, ਮਨੁੱਖ ਜੰਮ ਪਿਆ ਜਨਮ ਲੈ ਲਿਆ, ਤੇ ਜੋ ਜਨਮੇ ਤੇ ਸਰ ਭਰਨਾ
ਗੁਰਬਾਣੀ ਨੇ ਆਖ ਦਿੱਤਾ ਜਿਹੜਾ ਜੀ ਜਨਮ ਲਿਆ ਉਹਨੇ ਮਰਨਾ ਹੀ ਮਰਨਾ। ਬਹੁਤ ਵੱਧ ਵੱਧ ਰਿਹਾ ਤੇ ਮੌਤ ਤੋਂ ਬਾਅਦ ਜਿੰਨੀਆਂ ਗੱਲਾਂ ਨੇ ਖੁਆਬੀ ਨੇ ਕਲਪਨਾ ਨੇ ਅੰਦਾਜ਼ੇ ਨੇ ਬ੍ਰਾਹਮਣ ਨੇ ਆਪਣੇ ਖਿਆਲ ਮੁਤਾਬਕ ਦੇ ਦਿੱਤੇ ਨੇ ਮੁੱਲਾਂ ਨੇ ਆਪਣੇ ਖਿਆਲ ਮੁਤਾਬਕ ਦੇ ਦਿੱਤੇ ਮਨੁੱਖ ਦਾ ਜੀਵਨ ਜਿਹੜਾ ਇਸਨੂੰ ਭੋਗ ਰਿਹਾ ਉਹ ਉਲਝ ਗਿਆ ਪਤਾ ਨਹੀਂ ਸੱਚ ਕੀ ਹੈ ਹੁਣ ਇਹ ਸਮਝਣ ਤੋਂ ਕਿਵੇਂ ਨਿਕਲ ਜੇ ਜਨਮਣਾ ਹੈ ਤੇ ਜਨਮ ਤੋਂ ਬਾਅਦ ਮਰ ਜਾਣਾ ਤੇ ਮਰ ਕੇ ਕੋਈ ਸਜ਼ਾ ਮਿਲਣੀ ਹੈ ਤੇ ਫਿਰ ਕਿਉਂ ਨਾ ਇਸ ਜਨਮ ਮਰਨ ਤੋਂ ਤੇ ਸਜ਼ਾ ਤੋਂ ਛੁਟਕਾਰਾ ਪਾਉਣ ਕੋਈ ਮਨੁੱਖ ਨਹੀਂ ਹੋ ਜੇ ਔਖੇ ਕੰਮ ਕਰਨਾ ਚਾਹੁੰਦਾ ਲਓ ਇਹਦੇ ਵਿੱਚੋਂ ਇੱਕ ਖਿਆਲ ਪੈਦਾ ਹੋਇਆ ਹੈ ਜਿਹੜਾ ਅਸੀਂ ਆਮ ਧਰਮ ਦੇ ਖੇਤਰ ਵਿੱਚ ਕਹਿੰਦੇ ਹਾਂ ਜਨਮ ਮਰਨ ਤੋਂ ਰਹਿਤ ਕਰੀ ਅਰਦਾਸ ਕਰਨੇ ਹਾਂ ਫਲਾਣਾ ਦਾ ਜਨਮ ਮਰਨ ਤੋਂ ਰਹਿਤ ਕਰੀ ਉਹਨੂੰ ਮੁਕਤ ਕਰਦੇ ਮੁੜ ਕੇ ਜਨਮ ਮਰਨ ਵਿੱਚ ਨਾ ਆਵੇ ਇਹ ਖਿਆਲ ਕਿਉਂ ਪੈਦਾ ਹੋਇਆ ਇਸੇ ਗੱਲ ਤੋਂ ਕਿਉਂਕਿ ਮਨੁੱਖ ਸੋਚੀ ਪੈ ਗਿਆ ਵੀ ਕੋਈ ਇਹੋ ਦੁਨੀਆ ਵੀ ਜਨਮ ਲੈ ਰਿਹਾ ਜਨਮ ਤੋਂ ਮੌਤ ਵਾਲੇ ਪਾਸੇ ਤੁਰਿਆ ਗਿਆ ਮਰਨ ਤੋਂ ਬਾਅਦ ਕੀ ਹੋਣਾ ਕੋਈ ਪਤਾ ਨਹੀਂ ਅਰਦਾਸਾਂ ਵਿੱਚ ਵੀ ਜਨਮ ਮਰਨ ਨਿਵਾਰ ਦੀ ਗੱਲ ਆ ਗਈ ਗੁਰਬਾਣੀ ਵਿੱਚ ਵੀ ਜਨਮ ਮਰਨ ਨਿਵਾਰ ਦੀ ਗੱਲ ਆ ਗਈ ਅਸੀਂ ਇਹ ਵੀ ਸਮਝਣ ਲੱਗ ਪਏ ਕਿ ਜਿਹੜੇ ਲੋਕ ਭਗਤ ਜਨ ਹੁੰਦੇ ਨੇ ਤਪਸ਼ਵੀ ਹੁੰਦੇ ਨੇ ਉਹ ਲੋਕ ਜਨਮ ਮਰਨ ਤੋਂ ਰਹਿ ਤੋਂ ਜਨਮ ਮਰਨ ਵਿੱਚ ਨਹੀਂ ਆਉਂਦੇ ਗੁਰਬਾਣੀ ਵਿੱਚ ਵੀ ਆਇਆ ਜਨਮ ਮਰਨ ਦੋਹੋਂ ਮੈਂ ਨਾਹੀਂ ਜਨ ਪਰ ਉਪਕਾਰੀ ਆ ਹੁਣ ਸਿਰਫ ਇੰਨੀ ਗੱਲ ਨੂੰ ਲੈ ਕੇ ਅਸੀਂ ਸਮਝ ਲਿਆ ਕਿ ਖੋਰੇ ਇਸ ਜਨਮ ਮਰਨ ਤੋਂ ਉਹ ਰਹਿਤ ਹੋ ਜਾਂਦੇ ਨੇ ਜਨਮ ਮਰਨ ਦੋਹੋਂ ਮੈਂ ਨਾਹੀਂ ਜਨ ਪਰ ਉਪਕਾਰੀ ਆ ਇੱਥੋਂ ਲੈ ਕੇ ਸਵਾਲ ਪੈਦਾ ਹੁੰਦਾ ਹੈ ਵੀ ਜੇ ਜਨਮ ਮਰਨ ਤੋਂ ਰਹਿਤ ਹੁੰਦਾ ਹੈ ਕੋਈ ਜਨ ਉਹ ਮੁੜ ਕੇ ਜਨਮ ਮਰਨ ਵਿੱਚ ਨਹੀਂ ਆਉਂਦਾ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਿੱਛੇ ਜਨਮ ਦੀ ਕਹਾਣੀ ਦੱਸਣਾ ਕੀ ਹੋਇਆ ਮੈਂ ਤੁਹਾਨੂੰ ਪਿਛਲੇ ਜਨਮ ਦੀ ਕਹਾਣੀ ਦੱਸਣਾ ਆ ਮੈਂ ਆਪਣੀ ਕਥਾ ਬਖਾਣੋ ਤਪ ਸਾਧਤ ਜੈਵਿਤ ਬਿਆਨ ਮਾਕਾ ਕਾਲ ਘਰ ਹੈ ਤੇ ਪਿਛਲੀਆਂ ਗੱਲਾਂ ਸਾਰ ਇਹਦਾ ਮਤਲਬ ਗੁਰੂ ਪਿਛਲੇ ਜਨਮ ਲੈਂਦਾ ਅਗਲਾ ਜਨਮ ਫਿਰ ਲੈਂਦਾ ਜੇ ਗੁਰੂ ਦਾ ਜਨਮ ਮਰਨ ਨਹੀਂ ਮਿਲਿਆ ਬਾਕੀ ਦਾ ਕਿੱਦਾਂ ਕਿੱਦਾਂ ਬਾਕੀ ਰਹਿ ਜਾਏਗਾ ਹੁਣ ਇੱਥੇ ਬਾਬਾ ਕਬੀਰ ਜੀ ਨੇ ਬੜੇ ਸੁੰਦਰ ਢੰਗ ਨਾਲ ਇਸ ਸਮੱਸਿਆ ਨੂੰ ਹੱਲ ਕੀਤਾ ਕਿੰਨੇ ਭਰਿਆ ਤੂੰ ਸਾਰਾ ਕੁਛ ਆਪਣਾ ਦਾਰੋ ਮਦਾਰ ਇਸ ਸਰੀਰ ਤੇ ਰੱਖ ਲਿਆ ਤੂੰ ਸਮਝ ਰਿਹਾ ਮੈਂ ਸਰੀਰ ਹਾਂ ਜੰਮ ਪਿਆ ਸਰੀਰ ਦੇ ਜਿੰਨੇ ਆਧਾਰ ਨੇ ਉਹ ਭੋਗ ਰਿਹਾ ਅੰਤ ਆਉਣਾ ਸਰੀਰ ਨੇ ਮਰਨਾ ਹੈ ਸਰੀਰ ਦੀ ਮੌਤ ਕੋਈ ਰੋਕ ਨਹੀਂ ਸਕਦਾ ਤੇ ਅਜੀਬ ਗੱਲ ਹੈ ਵੀ ਜੇ ਸਰੀਰ ਨੇ ਮਰਨਾ ਹੈ ਤੇ ਸਰੀਰ ਦੇ ਮਰਨ ਤੋਂ ਬਾਅਦ ਸਰੀਰ ਨੇ ਤਾਂ ਅੱਗੇ ਜਾਣਾ ਨਹੀਂ ਉਹਨੇ ਤਾਂ ਇੱਥੇ ਰਹਿ ਜਾਣਾ ਅਸੀਂ ਆਪਣੇ ਹੱਥੀਆਂ ਦਾ ਸੰਸਕਾਰ ਕਰਨਾ ਕੋਈ ਨਹੀਂ ਕਹਿ ਸਕਦਾ ਅਸੀਂ ਕੋਈ ਨਹੀਂ ਕਹਿ ਸਕਦਾ ਕਿ ਸਰੀਰ ਨਾਲ ਲੈ ਗਿਆ ਕਹਾਣੀਆਂ ਅਸੀਂ ਜ਼ਰੂਰ ਕਈਆਂ ਸਾਧੂ ਮਹਾਤਮਾਵਾਂ ਦੀਆਂ ਇਸ ਲਈ ਕੱਢ ਦਿੱਤੀਆਂ ਕਿਉਂਕਿ ਅਸੀਂ ਇਹ ਸਾਬਤ ਕੀਤਾ ਹੋਰੇ ਸਰੀਰ ਵੀ ਨਾਲ ਲੈ ਜਾਂਦਾ ਸਰੀਰ ਕਦੀ ਕੋਈ ਨਾਲ ਨਹੀਂ ਲੈ ਕੇ ਜਾਂਦਾ ਇਹ ਸਾਡੀਆਂ ਬਣਾਈਆਂ ਹੋਈਆਂ ਕਹਾਣੀਆਂ ਨੇ ਕਿਉਂਕਿ ਅਸੀਂ ਸਾਰਾ ਕੁਝ ਸਰੀਰ ਤੇ ਨਿਰਭਰ ਕਰਨਾ ਇਸ ਲਈ ਉਹਨਾਂ ਦਾ ਤਾਪ ਉਹਨਾਂ ਦੀ ਬੰਦਗੀ ਤੇ ਉਹਨਾਂ ਦੀ ਸ਼ਕਤੀ ਵੀ ਅਸੀਂ ਸਰੀਰ ਤੇ ਨਿਰਭਰ ਕਰ ਦਿੱਤੀ ਜਿਹੜਾ ਸਰੀਰ ਨੂੰ ਨਾਲ ਲੈ ਗਿਆ ਜੀ ਭਰਾ ਤੁਸੀਂ ਦੱਸੋ ਇਸ ਤੋਂ ਵੱਡਾ ਸ਼ਕਤੀਸ਼ਾਲੀ ਕੀ ਹੋ ਸਕਦਾ ਜਿੰਨਾ ਵੱਧ ਤੋਂ ਵੱਧ ਕਿਸੇ ਦਾ ਬਲਵਾਨਤਾ ਦਿਖਾਉਣੀ ਹੋਵੇ ਉਹਨੂੰ ਉਲਟ ਕੰਮ ਦਿਖਾਓ ਕਿ ਜਿਹੜਾ ਸੰਸਾਰ ਅੰਦਰ ਨਹੀਂ ਹੁੰਦਾ ਉਹ ਕਰ ਲੈਂਦਾ ਇਸੇ ਦਾ ਨਾਂ ਅਸੀਂ ਕਰਾਮਾਤ ਰੱਖ ਲਿਆ ਰਾਮ ਜਿਹਨੂੰ ਭਗਵਾਨ ਆਖਦੇ ਨੇ ਉਹਦੇ ਨਾਲ ਇਸ ਤੱਕ ਜੋੜ ਦਿੱਤਾ ਗਿਆ ਵੀ ਉਹ ਇਕੱਲਾ ਸਰੀਰ ਲਿਜਾਣ ਤੱਕ ਕਿਤੇ ਰਹਿ ਗਿਆ ਪੂਰੀ ਪਿੰਡ ਨੂੰ ਪੂਰੀ ਨਗਰੀ ਨੂੰ ਨਾਲ ਲੈ ਗਿਆ ਉਹਦੇ ਇਤਿਹਾਸ ਵਿੱਚ ਤਾਂ ਇੱਥੋਂ ਤੱਕ ਪਾਤਾ ਗਿਆ ਵੀ ਅਯੋਧਿਆ ਹੀ ਨਾਲ ਲੈ ਗਿਆ ਪਿਛਲੇ ਦਿਨ ਮੈਂ ਗੱਲ ਕਹੀ ਸੀ ਬੜੀ ਅਜੀਬ ਗੱਲ ਅਜੇ ਤੱਕ ਰਾਮ ਮੰਦਿਰ ਦਾ ਝਗੜਾ ਚੱਲ ਰਿਹਾ ਰਾਮ ਨੇ ਜਨਮ ਲਿਆ ਉਹ ਕਹਿੰਦੇ ਨੇ ਰਾਮ ਮੰਦਿਰ ਨੂੰ ਇੱਕ ਬਾਅਦ ਵਿੱਚ ਮਸਜਿਦ ਬਣਾਇਆ ਗਿਆ ਅਜੇ ਤੱਕ ਅਨੇਕਾਂ ਕਤਲ ਹੋਏ ਨੇ ਝਗੜੇ ਹੋਏ ਨੇ ਅਤੇ ਮੈਂ ਕਿਹਾ ਕਿਹੜੀ ਅਜੀਬ ਗੱਲ ਹੈ ਇੱਕ ਪਾਸੇ ਤੁਸੀਂ ਲਿਖਦੇ ਹੋ ਕਿ ਪੂਰੀ ਅਯੋਧਿਆ ਨਾਲ ਚਲੇ ਗਈ ਇੱਥੇ ਰਾਮ ਮੰਦਿਰ ਤਰਿਆ ਹੀ ਨਾ
ਤੇ ਝਗੜਾ ਕਿਹੜੀ ਗੱਲ ਦਾ। ਜਦੋਂ ਅਯੁੱਧਿਆ ਨਾ ਵੀ ਚਲੀ ਗਈ ਤੇ ਫਿਰ ਰਾਮ ਮੰਦਰ ਦਾ ਝਗੜਾ ਤੇ ਖਤਮ ਹੋ ਗਿਆ। ਆਪਣੀ ਲੋੜ ਲਈ ਵਰਤ ਰਿਹਾ, ਉਹਦੇ ਨਾਲ ਉਲਝਣ ਵੱਧ ਰਹੀ। ਬਾਬਾ ਕਬੀਰ ਜੀ ਨੇ ਖਿਆਲ ਦਿੱਤਾ, ਕਹਿਣ ਲੱਗੇ ਭਲਿਆ ਜਿੰਨੀ ਦੇਰ ਤੂੰ ਸਰੀਰ ਦੀ ਹੋਂਦ ਦੇ ਅੰਦਰ ਕਰਮ ਜਿਹੜਾ ਹੈ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਏਗਾ, ਉਹ ਭਾਵੇਂ ਕਿਸੇ ਕਿਸਮ ਦਾ ਵੀ ਹੋਏਗਾ, ਕਿਹੜੀ ਸ਼ਕਤੀ ਭਾਵੇਂ ਜਪ ਦੀ ਭਾਵੇਂ ਵਿਦਿਆ ਦੀ ਭਾਵੇਂ ਰਾਜ ਭਾਗ ਦੀ, ਤਿੰਨ ਸ਼ਕਤੀਆਂ ਦਾ ਜ਼ਿਕਰ ਇਸ ਸ਼ਬਦ ਵਿੱਚ ਕੀਤਾ ਹੈ। ਜਪ ਦੀ, ਦੂਜੀ ਤੰਤਰ ਮੰਤਰ ਵੈਦ ਦੀ ਔਖਤ ਦੀ, ਅਤੇ ਤੀਜੀ ਸ਼ਕਤੀ ਰਾਜ ਭਾਗ ਦੀ, ਕਿਉਂਕਿ ਰਾਜ ਭਾਗ ਦੀ ਇੱਕ ਬੜੀ ਵੱਡੀ ਸ਼ਕਤੀ ਹੁੰਦੀ ਹੈ। ਜਿਹਦੇ ਹੱਥ ਰਾਜ ਭਾਗ ਆ ਜਾਏ ਉਹ ਦੁਨੀਆਂ ਅੰਦਰ ਸਮਝਦਾ ਸਭ ਤੋਂ ਵੱਡੀ ਸ਼ਕਤੀ ਮੇਰੇ ਕੋਲ ਹੈ। ਹੁਣ ਬਾਬਾ ਕਬੀਰ ਜੀ ਨੇ ਇੱਥੇ ਤਿੰਨਾਂ ਸ਼ਕਤੀਆਂ ਦਾ ਤਿੰਨ ਪੈਰਿਆਂ ਵਿੱਚ ਜ਼ਿਕਰ ਕੀਤਾ ਹੈ, ਅਤੇ ਨਾਲ ਇੱਕ ਗੱਲ ਬਾਰ ਬਾਰ ਤਾਕੀਦ ਕਰੀ ਗਏ ਨੇ, ਕਹਿੰਦੇ ਨੇ ਇਹਨਾਂ ਤਿੰਨਾਂ ਸ਼ਕਤੀਆਂ ਵਿੱਚੋਂ ਜਿਹੜੀ ਮਰਜ਼ੀ ਤੇਰੇ ਕੋਲ ਸ਼ਕਤੀ ਆ ਜਾਏ, ਕਿਉਂਕਿ ਇਸ ਤਿੰਨੋਂ ਸ਼ਕਤੀਆਂ ਸਰੀਰ ਨਾਲ ਸੰਬੰਧ ਰੱਖਦੀਆਂ ਨੇ, ਇਸ ਲਈ ਤੂੰ ਮਰਨਾ ਹੀ ਮਰਨਾ, ਤੂੰ ਮੌਤ ਇਹਨਾਂ ਸ਼ਕਤੀਆਂ ਤੋਂ ਦੇ ਆਧਾਰ ਤੇ ਮੌਤ ਤੋਂ ਨਹੀਂ ਬਚ ਸਕਦਾ। ਇਸ ਲਈ ਹਰ ਇਸ ਪੈਰ ਦੇ ਅਖੀਰ ਤੇ ਅੰਤ ਤੂੰ ਮਰਨਾ ਆਖ ਰਹੇ ਨੇ, ਕਹਿੰਦੇ ਨੇ ਜੋਗੀ ਜਤੀ ਤਪੀ ਸੰਨਿਆਸੀ ਛੱਡਣ ਵਾਲੇ ਜੋਗੀ, ਸਮਾਧੀਆਂ ਲਗਾਉਣ ਵਾਲੇ ਜੋਗੀ, ਪਰਿਵਾਰ ਛੱਡਣ ਵਾਲੇ ਜਤੀ, ਜਪ ਸਤ ਰੱਖਣ ਵਾਲੇ ਜਤੀ, ਸਰੀਰ ਨੂੰ ਧੂਣੀਆਂ ਤਾਪ ਕੇ ਤੇ ਔਖਾ ਕਰਕੇ ਮੁਸ਼ਕਲਾਂ ਵਿੱਚੋਂ ਲੰਘ ਲੰਘ ਕੇ ਗਰਮੀਆਂ ਦੇ ਦਿਹਾੜੇ ਵਿੱਚ ਧੂਣੀਆਂ ਤਾਪਣੀਆਂ, ਸਰਦੀਆਂ ਦੇ ਦਿਹਾੜਿਆਂ ਵਿੱਚ ਜਲ ਧਾਰੇ ਕਰਨੇ, ਬਰਫ਼ ਦੇ ਪਹਾੜਾਂ ਵਿੱਚ ਜਾ ਕੇ ਆਪਣੀਆਂ ਸਮਾਧੀਆਂ ਲਾਉਣੀਆਂ, ਪੁੱਠਾ ਲਟਕਣਾ, ਇਹੋ ਜਿਹੇ ਤਪ ਕਰਕੇ ਰੱਬ ਨੂੰ ਪ੍ਰਸੰਨ ਕਰਨ ਦੇ ਤੇ ਆਪਣਾ ਜਨਮ ਮਰਨ ਮਿਟਾਉਣ, ਭਗਤੀ ਨੂੰ ਸੰਪੂਰਨ ਕਰਨ ਦੇ ਸਾਧਨ ਲੋੜ ਨੇ, ਉਹਨੂੰ ਕਹਿੰਦੇ ਨੇ ਤਪੀ। ਜਿਹੜੇ ਕਿਸੇ ਇੱਕ ਥਾਂ ਤੇ ਟਿਕਣ ਨਾ, ਕੋਈ ਟਿਕਾਣਾ ਨਾ ਬਣਾਉਣ, ਸੰਨਿਆਸੀ ਕਹਿਣ ਲੱਗੇ ਜੋਗੀ ਇਸ਼ਨਾਨ ਹੀ ਨਹੀਂ, ਭਰਮਦੇ ਹੀ ਰਹਿਣਾ, ਜਦੋਂ ਇੱਕ ਵਾਰੀ ਹੋ ਜਾਣ ਮੁੜ ਕੇ ਫਿਰ ਮੁੰਡੋ ਸ਼ੁਰੂ ਕਰ ਦੇਣਾ। ਇੱਥੇ ਨਾਲ ਨਾਲ ਦੇਖਣਾ ਇੱਕ ਕੌੜੀ ਸੱਚਾਈ ਹੈ, ਕਿਉਂਕਿ ਆਪਣਾ ਮਕਸਦ ਸਿਰਫ ਇਹ ਨਹੀਂ ਕਿ ਅਸੀਂ ਸਮਾਂ ਪਾਸ, ਇਹਦੇ ਵਿੱਚੋਂ ਜੋ ਉਪਦੇਸ਼ ਸਾਧਨ ਮਿਲਦਾ ਉਹ ਵੀ ਅਪਣਾਉਣਾ। ਕੌੜੀ ਸੱਚਾਈ ਹੈ, ਕਦੀ ਦੇਖਿਓ ਜੀ ਜਿਹੜੀਆਂ ਜਿਹੜੀਆਂ ਗੱਲਾਂ ਤੋਂ ਕਿਸੇ ਨਾ ਕਿਸੇ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਰੋਕਿਆ, ਅੱਜ ਅੰਦਰ ਨਿਗਾਹ ਮਾਰੋ, ਉਹ ਸਾਰੀਆਂ ਗੱਲਾਂ ਸਾਡੇ ਵਿੱਚ ਆ ਨਹੀਂ ਰਹੀਆਂ, ਸਾਡੇ ਜੀਵਨ ਦਾ ਹਿੱਸਾ ਬਣ ਗਿਆ। ਜਿਹੜਾ ਘਰ ਬਾਹਰ ਛੱਡ ਦੇਵੇ ਅਸੀਂ ਕਹਿੰਦੇ ਬੜਾ ਵੱਡਾ ਮਹਾਂਪੁਰਸ਼, ਔਖੀ ਜ਼ਿੰਦਗੀ ਦੀ ਕਮਾਈ ਉਹਦੇ ਡੇਰੇ ਬਣਾਉਣ ਤੇ ਲਾ ਦਿੰਦੇ ਹਾਂ। ਆਪਣੇ ਬੱਚਿਆਂ ਨੂੰ ਬੇਸ਼ੱਕ ਰਾਜ ਰੋਟੀ ਨਾ ਮਿਲੇ, ਡੇਰਿਆਂ ਦੇ ਲੰਗਰ ਚੱਲਦੇ ਨੇ, ਫਿਕਰ ਕਿਉਂ ਜੂ ਘਰ ਬਾਹਰ ਛੱਡਿਆ ਜੀ? ਜਦੀ ਜੀ ਤਾਂ ਜਦੀ ਜੀ ਵਿਆਹ ਨਹੀਂ ਕਰਾਉਂਦੇ ਜੀ, ਬੇਅੰਗਮ ਨੇ ਜੀ, ਹੈ ਗੁਰੂ ਸਾਹਿਬ ਦੇ ਬਾਣੀ ਵਿੱਚ ਇੱਕ ਬਾਬਾ ਕਬੀਰ ਜੀ ਦੀ ਇੱਕ ਵਾਰ ਤੋਂ ਆਈ ਸੀ, ਜਿਹਦੇ ਵਿੱਚ ਬਾਬਾ ਕਬੀਰ ਜੀ ਨੇ ਇਹ ਲਫ਼ਜ਼ ਕਹੇ ਸਨ ਕਿ ਜਿਸ ਤੋਂ ਜਾਚੇ ਸੋ ਤਿਰ ਭਵਨ ਭੋਗੀ, ਕਹਿ ਕਬੀਰ ਕੈਸੋ ਤਰ ਦੋਗੀ, ਜਿਸ ਰੱਬ ਦੀ ਤੂੰ ਭਗਤੀ ਕਰ ਰਿਹਾ ਉਹ ਰੱਬ ਤੇ ਗ੍ਰਸਤੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ,
हम बालक तुम पिता हमारे तुम मुख देवो असी सारे उनके बच्चे हाँ उनका एडा वड्डा परिवार है ते एना वड्डा उनका घर है कि सारा संसार ही ये जग सच्चे की है कोठड़ी सच्चे का विश्वास उन्हें एडा वड्डा घर बनाया क्योंकि उनका परिवार वड्डा है इसलिए मेरे ने फिर जिसने उसने पैदा किया है अपने परिवार वांगू हर पिता वांगू उनकी रोजी का ध्यान दिता है गुरबाणी इस गल क्लीयर कर रही कि जिन्हों पाई वेदनी सोई करदा सार जिन पदाइश तू किया सोई दे आधार इनका मतलब वो परिवार का वड्डा है पिता है ते जिंदा इन्ना वड्डा परिवार है वो गृहस्थी होया गृहस्थी में तू बड़ो गृहस्थी ते एक गृहस्थी नु प्रसन्न करने वास्ते तू घर बार छड़ी बैठा है गृहस्थी आगे बैठा है तेरा हुंदा मेल की तेरा हुंदा ते सुभाई नहीं मिलता जे रब गृहस्थी है तो रब नु पाउण वाले नु गृहस्थी होना पड़ेगा वो जोगी नहीं हो सकता बाबा फरीद जी ने इसलिए कहता जिस तू जाचे सो तिर पवन भोगी कह वीर कैसो जब जोगी पर हो रहे असी घर बार छड़न वाले नु महान आख रहे हैं असी जदी नु घर बार परिवार नु छड़ के विहंगम रहने वाले दी पूजा कर रहे हैं गुरु नु प्रवान नहीं ते फिर साडा गुरु दा मेल किवें होया मैं इत्थे रुकना चाहना था ना क्योंकि एक गल समझियो साडा दुखांत की असी श्री गुरु ग्रंथ साहिब दी बाणी पढ़ने आ समझ भी लैने पर कर उसदे उठ रहे गुरु आखिया आखदा तीर्थां ते नहीं जाना तीर्थ तीर्थ भ्रमता लहे ना पार नहीं तीर्थ ते नहीं जाना तीर्थ नहाण जाओ तीर्थ नाम है तीर्थ शब्द विचार अंतर ज्ञान है बाहर कितने तीर्थ ते जाने की लोड़ नहीं पर मैं समझदा अज दे युग अंदर इन्नी बिजी लाइफ विच भी कभी हिंदुस्तान की धरती ते हुण तां इत्थों हवाई जहाज यात्रा दे चलन लग पए जिन्हें ਪੰਜਾਬ ਦੇ ਤੀਰਥਾਂ ਦੀ ਬਾਹਰ ਦੇ ਤੀਰਥਾਂ ਦੀ ਹੇਮਕੁੰਡ ਸਾਹਿਬ ਦੀ ਯਾਤਰਾ ਕਰਨੀ ਤੁਹਾਨੂੰ ਇੱਥੋਂ ਹੀ ਟਿਕਟਾਂ ਮਿਲ ਜਾਣਗੀਆਂ ਸਾਰਾ ਪੂਰਾ ਪੈਕੇਜ ਤੇ ਮਿਲ ਜਾਏਗਾ ਵਾਸ਼ਿੰਗਟਨ ਨਿਊਯਾਰਕ ਉੱਥੇ ਜਾਓ ਤੇ ਤੁਹਾਨੂੰ ਕੋਈ ਸੜਕ ਕੋਈ ਰੋਡ ਕੋਈ ਗੁਰਦੁਆਰਾ ਕੁਝ ਗੁਰਦੁਆਰੇ ਕੇਵਲ ਬਣਾਏ ਇਸ ਲਈ ਗਏ ਨੇ ਕਿਉਂਕਿ ਇੱਥੋਂ ਉਸ ਯਾਤਰਾ ਦੀਆਂ ਬੱਸਾਂ ਜ਼ਿਆਦਾ ਜਾਂਦੀਆਂ ਨੇ ਉਹਨਾਂ ਨੇ ਰੁਕਣਾ ਹੁੰਦਾ ਦਿਨ ਰਾਤ ਯਾਤਰਾ ਦੀਆਂ ਬੱਸਾਂ ਹੁੰਦਾ ਸਾਡਾ ਮੈਂ ਤਾਂ ਇੱਕ ਦਿਨ ਕਿਉਂਕਿ ਮਨ ਦੀ ਗੱਲ ਕਦੇ ਮਨ ਵਿੱਚ ਰੱਖੀ ਨਹੀਂ ਇਹੋ ਪਰੇਸ਼ਾਨੀ ਮੈਂ ਤਾਂ ਇੱਕ ਦਿਨ ਆਖਿਆ ਸੀ ਮੈਂ ਕਿਹੜੀ ਅਜੀਬ ਗੱਲ ਹੈ ਜਿਹਦੇ ਪਹਿਲੇ ਕੁਛ ਨਾ ਰਹਿ ਨਾ ਉਹਨੂੰ ਲੋਕ ਕਹਿੰਦੇ ਨੇ ਸੜਕ ਤੇ ਲਿਆ ਕੇ ਖੜਾ ਕਰ ਦਿੱਤਾ ਪੰਜਾਬ ਦੀ ਬੋਲੀ 'ਚ ਲਓ ਵੀ ਆ ਗਿਆ ਰੋਡ 'ਤੇ ਆ ਗਿਆ ਸੜਕ 'ਤੇ ਆ ਗਿਆ ਭਾਵ ਦੇ ਕੋਲ ਕੁਝ ਨਹੀਂ ਗਿਆ ਮੈਂ ਕਿਹਾ ਸਾਡੀ ਕੌਮ ਬੜੀ ਸੜਕ 'ਤੇ ਆ ਗਈ ਦਿਨ ਰਾਤ ਯਾਤਰਾਵਾਂ 'ਤੇ ਦਿਨ ਰਾਤ ਨਗਰ ਕੀਰਤਨ ਸੀ ਇੱਕ ਐਸਾ ਲਫਜ਼ ਬਣਾ ਲਿਆ ਜਿਹਦੇ ਉੱਤੇ ਜਿਹਦਾ ਸਾਨੂੰ ਰਿਟਰਨ ਕੋਈ ਨਹੀਂ ਦੋ ਚਾਰ ਘੰਟੇ ਦਾ ਦਿਖਾਵਾ ਕੋਈ ਉੱਥੇ ਬਾਣੀ ਨਹੀਂ ਸਮਝਾਈ ਜਾਂਦੀ ਕੋਈ ਉੱਥੇ ਬਾਣੀ ਸਮਝੀ ਨਹੀਂ ਜਾਂਦੀ ਕੋਈ ਜੀਵਨ ਵਿੱਚ ਪਲਟਾ ਨਹੀਂ ਆਉਂਦਾ ਕੋਈ ਜ਼ਿੰਦਗੀ ਦਾ ਏਮ ਨਹੀਂ ਸਮਝਾਇਆ ਜਾਂਦਾ ਕੇਵਲ ਅਤੇ ਕੇਵਲ ਦਿਖਾਵਾ ਤਾਂ ਕਿ ਦੋ ਚਾਰ ਦਸ ਵੀਹ ਪੰਜਾਹ ਲੋਕ ਜਿਹੜੇ ਨੇ ਉਹ ਵੇਖ ਲੈਣ ਕਿ ਅਸੀਂ ਕੀ ਹਾਂ ਇਸ ਨੂੰ ਜ਼ਰਾ ਅਸੀਂ ਕੀ ਹਾਂ ਉਹ ਅਜੇ ਸਾਨੂੰ ਆਪ ਨੂੰ ਵੀ ਨਹੀਂ ਪਤਾ ਲੱਗਿਆ ਬਾਬਾ ਕਬੀਰ ਜੀ ਦਾ ਖਿਆਲ ਕਹਿੰਦੇ ਨੇ ਜੋਗੀ ਜਤੀ ਤਪੀ ਸੰਨਿਆਸੀ ਬੋ ਤੀਰਥ ਭਰਮਣਾ ਤੀਰਥਾਂ ਤੇ ਭਰਮਣ ਵਾਲੇ ਯੁੰਜਤ ਮੁੰਜਤ ਮੋਨ ਜਟਾ ਧਾਰ ਯੁੰਜਤ ਕਹਿੰਦੇ ਨੇ ਲੂਆਂ ਨੂੰ ਲੂ ਕਹਿੰਦੇ ਨੇ ਵਾਲਿਆਂ ਨੂੰ ਲੂਆਂ ਨੂੰ ਖਿੱਚ ਕੇ ਪੱਟਣ ਵਾਲੇ ਜੈਨੀ ਮੁੰਜਤ ਮੁੰਜਤ ਜਿਹੜੇ ਮੁੰਜ ਦੀ ਬੋਰੀ ਦੇ ਬਹੁਤ ਸਾਰੇ ਸਾਧੂ ਐਸੇ ਨੇ ਜਿਹੜੇ ਵਾਣ ਦੇ ਕੱਪੜੇ ਉੱਤੇ ਹੀ ਰਹਿੰਦੇ ਨੇ ਵਾਣ ਦੇ ਬਲਕਿ ਹੁਣ ਬਦਲ ਕੇ ਕੁਝ ਆਪਣੇ ਡੇਰੇ ਵੀ ਐਸੇ ਬਣੇ ਹੋਏ ਨੇ ਕੁਝ ਫਕੀਰ ਉਹ ਵੀ ਨੇ ਜਿਹੜੇ ਕੇਵਲ ਬੋਰੀ ਪਾਉਂਦੇ ਨੇ ਥੱਲੇ ਵੀ ਬੋਰੀ ਵਿਛਾਉਂਦੇ ਨੇ ਬੋਰੀ ਪਾ ਲੈਂਦੇ ਉਹਨਾਂ ਨੂੰ ਕਹਿੰਦੇ ਨੇ ਮੁੰਜਤ ਮੁੰਜ 'ਤੇ ਜਿਉਣ ਵਾਲੇ ਮੁੰਜ ਆਪਣਾ ਸਣ ਨੂੰ ਆਖਦੇ ਨੇ ਇੱਕ ਛੋ ਬੂਟਾ ਹੁੰਦਾ ਉਹਦੇ ਛਿੱਲੜ ਦੇ ਤੋਂ ਤਾਂ ਵਾਣ ਵੀ ਬਣਦਾ ਉਹਨੂੰ ਸਣ ਆਖਦੇ ਤੇ ਬੋਰੀਆਂ ਦਾ ਸਮਾਨ ਵੀ ਉਹਦੇ ਵਿੱਚੋਂ ਬਣਦਾ ਹੈ ਇਸ ਲਈ ਲੁੰਜਤ ਮੁੰਜਤ ਬੋਰੀ ਆਧਾਰ ਭਾਵ ਬੜਾ ਕੀਮਤੀ ਕੱਪੜਾ ਪਹਿਨਣ ਵਾਲਾ ਨਾ ਹੋਵੇ ਤਿਆਗੀ ਹੋਵੇ ਬੋਰੀਆਂ 'ਤੇ ਆਧਾਰਿਤ ਹੋਵੇ
ਜਟਾ ਧਾਰ ਕੇ ਆਪਣੇ ਆਪ ਨੂੰ ਗਲੀਚ ਰੱਖਦਾ ਹੋਵੇ, ਸਫਾਈ ਵੀ ਨਾ ਕਰਦਾ ਹੋਵੇ। ਬੋਲਣਾ ਛੱਡ ਦੇਵੇ, ਕਿਸੇ ਨਾਲ ਗੱਲ ਨਾ ਕਰੇ। ਹੁਣ ਗੁਰੂ ਆਖਦੇ ਬੋਲਣਾ ਛੱਡਣਾ ਨਹੀਂ, ਬਲਕਿ ਸ਼ੁਭ ਬਚਨ ਬੋਲ, ਗੁਣ ਅਬੋਲ। ਬਲਕਿ ਗੁਰੂ ਤਾਂ ਇਹ ਆਖ ਰਿਹਾ ਹੋਵੇ, ਜਿਹੜਾ ਰੱਬ ਬੋਲਦਾ ਨਹੀਂ, ਜਿਹੜਾ ਗੁਰੂ ਬੋਲਦਾ ਨਹੀਂ, ਐਸੇ ਗੁਰੂ ਨੂੰ ਮੈਂ ਕੀ ਕਰਨਾ। ਨਾ ਪਾਤਰ ਬੋਲੇ, ਨਾ ਕਿਛ ਦੇ, ਫੋਕਟ ਕਰਮ ਨਿਰਫਲ ਹੈ ਸੇਵ, ਠਾਕਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕੋ ਪ੍ਰਭ ਦਾਨ ਦਿੱਤਾ। ਮੇਰਾ ਰੱਬ ਤਾਂ ਬੋਲਦਾ, ਜੇ ਗੁਰੂ ਬੋਲਦਾ ਨਾ ਹੁੰਦਾ ਤਾਂ 1430 ਸਫ਼ਾ ਤੁਹਾਡੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਪ੍ਰਕਾਸ਼ ਕਿਵੇਂ ਹੁੰਦਾ। ਜੇ ਗੁਰੂ ਬੋਲਦਾ ਛੱਡ ਦਿੰਦਾ, ਜੇ ਗੁਰੂ ਮੋਹਣ ਧਾਰੀ ਹੁੰਦਾ, ਜੇ ਮੋਹਣ ਧਾਰਨਾ ਮਹਾਨ ਹੋਵੇ ਤਾਂ ਫਿਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਰਚਨਾ ਹੀ ਨਾ ਹੋ ਸਕਦੀ, ਫਿਰ ਮੋਹਣ ਧਾਰਨ ਨਾਲ ਮਹਾਨਤਾ ਬਣ ਜਾਂਦੀ। ਪਰ ਸਾਡੀ ਨਿਗਾਹ ਵਿੱਚ ਅੱਜ ਵੀ ਜਿਹੜੀਆਂ ਚੀਜ਼ਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਰੋਕੀਆਂ ਨੇ, ਉਹ ਸਾਡੇ ਅੰਦਰ ਆਧਾਰ ਰੱਖਦੀਆਂ ਨੇ। ਉਲਟ ਸਤਿਗੁਰੂ ਕਹਿੰਦੇ ਸਾਰੇ ਕੰਮ ਕਰ ਕਰਕੇ ਵੇਖ ਲੈ, ਭਾਵੇਂ ਸੰਨਿਆਸੀ ਬਣ, ਭਾਵੇਂ ਜੋਗੀ ਬਣ, ਭਾਵੇਂ ਜਤੀ ਬਣ, ਭਾਵੇਂ ਲੁੰਜਤ ਮੁੰਜਤ ਬਣ, ਭਾਵੇਂ ਜਟਾ ਧਾਰਨ ਕਰ, ਇਹ ਮੌਤ ਨੇ ਤੇਰਾ ਖਾੜਾ ਨਹੀਂ ਛੱਡਣਾ। ਇਹ ਮੌਤ ਤਾਂ ਇਹਦੇ ਵਿੱਚੋਂ ਤੂੰ ਜਨਮ ਮਰਨ, ਇਹ ਸਰੀਰਕ ਕਰਮ ਕਾਂਡ ਵਿੱਚੋਂ ਤੂੰ ਜੇ ਜਨਮ ਮਰਨ, ਸਰੀਰ ਤਾਂ ਮਿਟਾਉਣਾ ਚਾਹੀਦਾ ਹੀ ਮਿਟੇਗਾ। ਸਰੀਰ ਤਾਂ ਜਿਹਨੇ ਜਨਮ ਲਿਆ ਉਸਨੇ ਮਰਨਾ ਹੀ ਹੈ, ਭਾਵੇਂ ਉਹ ਜੋਗੀ ਹੈ, ਭਾਵੇਂ ਜਤੀ ਹੈ, ਤਪੀ ਹੈ, ਭਾਵੇਂ ਪ੍ਰਭੂ ਦੇਖਦਾ ਹੈ। ਕਹਿੰਦੇ ਇਸ ਨਾਲ ਤਾਂ ਚੰਗੀ ਗੱਲ ਇਹ ਨਹੀਂ, ਤਾਤੇ ਸੇਵੀਏ ਰਾਮਣਾ, ਰਾਮ ਨਾ ਰਾਮਣਾ ਦਾ ਭਾਵ ਜਿਹੜਾ ਰਮਿਆ ਹੋਇਆ ਪ੍ਰਭੂ ਜਿਹਦਾ ਸਰੀਰ ਨਹੀਂ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੰਸੈਪਟ ਵਿੱਚ ਕਿਸੇ ਸਰੀਰ ਵਾਲੇ ਨੂੰ ਰੱਬ ਨਹੀਂ ਆਖਿਆ। ਇਸੇ ਲਈ ਉਹਦਾ ਨਾਂ ਅਕਾਲ ਪੁਰਖ ਹੈ, ਅਸੀਂ ਅਕਾਲ ਪੁਰਖ ਦੇ ਪੁਜਾਰੀ ਹਾਂ, ਕਿਸੇ ਕਾਲ ਪੁਰਖ ਦੇ ਨਹੀਂ। ਅਕਾਲ ਦਾ ਮਤਲਬ ਹੈ ਜਿਹਦੇ 'ਤੇ ਮੌਤ ਨਹੀਂ ਆਉਂਦੀ, ਕਾਲ ਨਹੀਂ ਆਉਂਦੀ, ਅਤੇ ਮੌਤ ਉਸੇ 'ਤੇ ਨਹੀਂ ਆਉਂਦੀ ਜਿੰਨਾ ਜਿਹੜੀ ਦੇਹ ਹੈ। ਦੇਹ ਦਿਸਣ ਵਾਲੀ ਹਰ ਚੀਜ਼ ਦੇ ਉੱਤੇ ਮੌਤ ਆਵੇਗੀ, ਕਿਉਂਕਿ ਸਤਿਗੁਰੂ ਦਾ ਫੈਸਲਾ ਹੈ, ਜੋ ਦਿਸੇ ਸੋ ਸਗਲ ਵਿਨਾਸ਼ੇ। ਹਰ ਦਿਸਣ ਵਾਲੀ ਚੀਜ਼ ਵਿਨਸੇਗੀ, ਮੌਤ ਆਏਗੀ। ਰੱਬ 'ਤੇ ਮੌਤ ਇਸੇ ਲਈ ਨਹੀਂ ਆਉਂਦੀ ਕਿ ਨਾ ਉਹ ਮਰੇ ਨਾ ਹੋਵੇ, ਸੋਗੁਣ ਦਾ ਕਾਰਨ ਕਿਉਂਕਿ ਉਹ ਅਕਾਲ ਮੁਲਕ ਹੈ, ਉਹ ਸਰੀਰ ਹੈ। ਕਹਿਣ ਲੱਗੇ ਇਸ ਲਈ ਮੈਂ ਜਿਹੜਾ ਸਰੀਰ ਨਹੀਂ, ਜਿਹੜਾ ਕੇਵਲ ਅਹਿਸਾਸ ਹੈ, ਕਿਉਂ ਨਾ ਉਹਦੀ ਸੇਵਾ ਵਿੱਚ ਲੱਗਾਂ, ਤਾਂ ਕਿ ਹੁਣ ਮੈਨੂੰ ਮੌਤ ਦਾ ਡਰ ਵੀ ਖਤਮ ਹੋ ਜਾਏ, ਅਤੇ ਮੌਤ ਤੋਂ ਬਾਅਦ ਕਿਸ ਜਮ ਨੇ ਮੈਨੂੰ ਕੋਈ ਸਜ਼ਾ ਦੇਣੀ ਹੈ, ਨਰਕ ਪਾਉਣਾ ਹੈ ਕਿ ਸਰਗ ਪਾਉਣਾ, ਮੇਰੀ ਉਹ ਮਨ ਦੀ ਕਲਪਨਾ ਵੀ ਖਤਮ ਹੋ ਜਾਏ। ਵਿਗਾੜ ਸਕਣਗੇ ਕਿੱਥੇ, ਕਿਸ ਨੂੰ ਨਰਕ ਵਿੱਚ ਪਾਣਗੇ, ਕਿਉਂਕਿ ਮੈਂ ਤਾਂ ਸਰੀਰ ਰਿਹਾ ਹੀ ਨਹੀਂ, ਨਾ ਮੈਂ ਸਰੀਰ ਦਾ ਪੁਜਾਰੀ ਬਣਿਆ। ਮੈਂ ਕਹਿੰਦੀ ਇੱਕ ਵਿਸ਼ਵਾਸ ਰੱਖੀ, ਮਤ ਸਮਝੇ ਵੀ ਜੋਗੀ ਜਤੀ ਤਪੀ ਉਹੋ ਹੀ ਆਪਣੀ ਇਸ ਸਰੀਰਕ ਮੌਤ ਤੋਂ ਨਹੀਂ ਬਚ ਸਕਦੇ, ਬਲਕਿ ਕਹਿਣ ਲੱਗੇ ਮੈਂ ਜਿਹੜੇ ਤੰਤਰ ਮੰਤਰ ਅਤੇ ਔਖਦੀਆਂ ਜਾਣਦੇ ਨੇ ਨਾ, ਬੜੇ ਪੜ੍ਹੇ ਲਿਖੇ ਜਾਣਨ ਵਾਲੇ ਉਹ ਲੋਕ ਜਿਹੜੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਤੇ ਬੜੀਆਂ ਔਖਦੀਆਂ ਜਾਣਨ ਵਾਲੇ ਵੈਦ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਵੈਦ ਮੂਆ ਰੋਗੀ ਮੂਆ, ਮੂਆ ਸਭ ਸੰਸਾਰ, ਰੋਗੀ ਵੀ ਚਲਾ ਗਿਆ ਸੰਸਾਰ ਤੋਂ ਤੇ ਡਾਕਟਰ ਕਿਹੜਾ ਨਹੀਂ ਗਿਆ, ਡਾਕਟਰ ਵੀ ਚਲਾ ਗਿਆ ਸੰਸਾਰ ਤੋਂ, ਸਮੇਂ ਸਮੇਂ ਨਾਲ ਡਾਕਟਰ ਵੀ ਜਾ ਰਹੇ, ਰੋਗੀ ਵੀ ਜਾ ਰਹੇ। ਗੁਰੂ ਨੇ ਵੀ ਉਹ ਗੱਲ, ਬਾਬਾ ਕਬੀਰ ਜੀ ਨੇ ਵੀ ਉਹ ਗੱਲ ਆਖ ਲਿੱਤੀ, ਕਹਿਣ ਲੱਗੇ ਆਗਮ ਨਿਰਗਮ ਬਹੁਤ ਦੂਰ ਤੱਕ ਜਾਂਦੇ ਜੋਤਸ਼ੀ ਲੋਕ, ਜਿਹੜੇ ਆਉਣ ਵਾਲੇ ਹਾਲਕ ਦੀ ਜਾਣਨ ਦੀਆਂ ਪੱਤਰੀਆਂ ਖੋਲ ਬੈਠਦੇ ਨੇ, ਉਹ ਆਪਣੀ ਮੌਤ ਨਹੀਂ ਪਛਾਣ ਸਕਦੇ ਕਦੋਂ ਆ ਜਾਂਦੀ, ਤੇ ਜੇ ਜਾਣਦੇ ਹੁਣ ਤੇ ਫਿਰ ਇਲਾਜ ਕਿਉਂ ਕਰਾਂ,
कि ज्योतिषी जो बीमार हो गया वो किसी डॉक्टर को नहीं जाता, वो क्यों नहीं अपनी पत्री आप ही खोल के देख लेता कि मेरा जीवन अजे बाकी है कि नहीं, मैनू की लोड़ है जान की, मेरा जीवन अजे बाकी है कि नहीं, मैनू की लोड़ है इलाज कराने की। दूजियां की मौत जीवन दसन वाला आप फिर डॉक्टर के दरवाजे से बैठा कोई इंजैक्शन लगा रहे, कह लगे अगम निगम बहुत ज्योतक जाने बहु बहु ब्याह करना। अगले पास कह लगे मैं तो तंत्र मंत्र सब औखद जाने अंत तहु मरना, जिनी मर्जी जानकारी ले लै इस शरीरक अडंबर विच शरीरक कर्म कांड विच जे तू आखे जन्म मरन मिट जाए, शरीर विच जन्म मरन रहना इसलिए अंत तहु मरना। हुण तीजा तीजी एग्जाम्पल तीजा उदाहरण देंदे कहिंदे ने जे भला तू राज भाग दा मालक हो जाए, लोग तेरे सामने सलामा करते हो, तेरा बंदा को छुट्टे ना, तेरी मर्जी होगी मर्जी बढ़ देने छड़ देने, दुनिया के सुख के पदार्थ तेरे को मौजूद हो, राज भोग और छत्र सिंहासन बहुत सुंदर रमना, जे तेरे को सारे सुखां दे समान मौजूद हो, राज भोग हो गए सिंहासन हो, सिर ते चवर चुलदे हो, दुनिया के लोग सलामा करते हो, फिर भला इन्ना कुछ होने के नाल तू कभी यह भी सोच सकेगा कि मौत द्वारा मैनू कोई डर नहीं रहा, मेरे को इन्ने सिपाही ने मेरे चार चुफेरे हर वक्त मेरी राखी करने वाले, कोई चिड़ी भी मेरे महल में नहीं फड़ के जा सकती, इन्हों की मर्जी भी ना, हम मौत किवें आएगी, कभी ऐसा हो सकता है? अपने राज भाग की शक्ति तू मौत तो बच सके ऐसा कभी अंदाजा लगाया जा सकता है? कहने लगे नहीं, राज भोग अर छत्र सिंहासन बहुत सुंदर रमना, पान कपूर सुभाषक चंदन अनेक तरियां दे सुख पदार्थ ते सुगंधियां दे साधन तेरे कोल होण, राज भाग दे सारे अडंबर दा तू वास होवें, पर वेख राज भाग विच रहिंदिआं रहिंदिआं राजे चले गए, जंगलों में बैठ के तप करने वाले तीर्थों पर भरम के अपने जीवन को सुधार करने का ख्याल रखने वाली, घर बार छड़ के जती सती रह के रब नूं प्रसन्न करके अपने धर्म का अडंबर कर्मकांड पूरा करने वाली, राज भाग विच जां संसार दीआं औखदां दवाईआं नाल जां राज भाग विच रह के सारे अडंबरां ते सारीआं शक्तियां दा मालक हो के जे तूं आखें इस शरीर रूपी जन्म मरण नूं मिटा लवां, इह नहीं मिटणा। जिन्ने शरीर विच जीवना जिन्हें दुनिया के पदार्थों में जीवना है, भावे वह साधु है भावे वह चोर है भावे वह जती तपी है भावे वह दृष्टि है, शरीर का हर एक का आना है ते हर एक का शरीर चला जाए, इसलिए इन विचों तू मौत के लफज को मनफी नहीं कर सकता वखरा नहीं कर सकता। हाँ कहने के एक वो तरीका है वो है कह लगे मैं तो वेदा शास्त्रों को भी पढ़ पढ़ के वेखे वेद पुराण सिमरत सब खोजे, मैं तो वेद पुराण सिमरत खोल के भी देखे है कहू ना उबरना, मैं सारे पढ़ पढ़ के वेख लें किसी थान तू मैं बचाओ नहीं दसिया, उबरना मतलब बचाओ करना कहू ना उबरना, कितने थान से मैं बचा नहीं दसिया भी आ ग्रंथ पढ़ लै ते तू शरीर करके जीवंदा रह जाएगा, कितनी सच्चाई है, आ ग्रंथ पढ़ ले ते तेरे शरीर ते मौत नहीं आवे। एक बार इसने अर्ज की थी गुरु दशम पातशाह जी का अमृत जमीर नु जीवंदा करने वाला है, शरीर नु जीवंदा करने वाला नहीं, क्योंकि गुरु कभी सच्चाई तो दूर नहीं गया, गुरु ने बिल्कुल नहीं आख्या भाई दया से अमृत छक लो तुसी शरीर करके नहीं मरोगे, अरे भाईदा सिंह साढ़े विच कोई नहीं शरीर करके भाई तरन सिंह साढ़े विच कोई नहीं शरीर करके भाई इमर सिंह साहब सिंह साढ़े विच कोई भी नहीं, की आखोगे
क्योंकि गुरु दसवें पातशाह जी ने सतगुरु ने कोई भी अनलॉजिक कम नहीं किया, रब के बनाए हुए नियमों नूं तोड़िया नहीं। आख्या पढ़े मैं कोई तुहानूं ओह अमृत नहीं लिया के दे रहा जिस अमृत नाल शरीर करके तुसीं कदी नहीं मरोगे। नहीं, शरीर करके तो हर का शरीर आया, हर एक नहीं जाना है, लॉजिक का ये सच्चाई है। कहन लगे मैं तुहानूं ओह अमृत देना चाहना जिंदे विच गुण जान ते गुण नाल जमीर जीउंदी हुंदी है, वह जमीर कभी कोई संसार के हथियार नाल नहीं मार सकता, तलवार नाल नहीं मार सकता, तोप नाल नहीं मार सकता, जिंदी जमीर जीउंदी है वह जीउंदा है। बाबा कबीर जी ने भी आखिरी फैसला यो दिता, कहन लगे मैं देखिया वड्डे वड्डे ग्रंथां नूं पढ़ के भी उन्हां विच भी मेरे इस शरीरिक बचाओ का कोई साधन नहीं, बल्कि इको ही है कि वो अकाल पुरख जिहड़ा देह रहित है, जिहड़ा निरंकार है, क्यों ना उनका नाम जपया जाए, उनके नाल जुड़िया जाए, ताकि जमीर उस अकाल पुरख की जोत नाल जोत जोत नाल मिल जाए, ना वह मरे ना हो सूर ते ना उन्हें जपन वाला कि उन्हें पछाणन वाला मरे। इसलिए दूजे पासे आख दिता ना वह मरे ना हो सोग दिंदा रहे ना चूके भोग, तो फिर कहन लगे ना वह मरे ना ठागे जाए जिनको जिनके राम बसे न मारे। ਇਹੋ ਰਿਸ਼ਤਾ ਕਹਿਣ ਕੀਤਾ ਤੇ ਕਹਿਣ ਲੱਗੇ नाल, तो फिर आत्मा भी नहीं मरती, परमात्मा भी नहीं मरना। इस तरह तेरा जन्म मरण मिटेगा जे आत्मा परमात्मा विच अभेद होगी। जे तू शरीर कर्म कांड ते तीर्थां ते इशनान करके संसार अंदर जोगी जपती तपी रह के मौन धारण करके इन्हां जतनां तपन नाल चाहे मेरा जन्म मरण मिट जाए, कहन लगे ये तो राजे महाराजे भी नहीं मिटा सकते। ਬੁਝਾਰਤਾਂ ਜਿਹੜੀਆਂ ਸਦੀਆਂ ਤੋਂ ਬੁਝਾਰਤਾਂ ਹੀ ਚੱਲੀਆਂ ਆ ਰਹੀਆਂ ਨੇ, ਬਲਕਿ ਬੁਝਾਰਤ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਕੁਛ ਕਰਮ ਕਾਂਡੀ ਅਤੇ ਪਖੰਡੀ ਲੋਕਾਂ ਨੇ ਸਾਡੇ ਦੁਆਲੇ ਭਰਮਾਂ ਦਾ ਜਾਲ ਪਾ ਦਿੱਤਾ। ਕਿਉਂਕਿ ਬੁਝਾਰਤ ਹੈ ਨਾ, ਹੁਣ ਪਤਾ ਬੁਝੀਏ ਦੇ ਕੋਲ ਜਾਣੀ ਨਹੀਂ, ਜੋ ਕੁਝ ਕਹਿ ਦਿਆਂਗੇ ਉਹੀ ਬਣ ਲਏਗਾ। ਇਸ ਤਰ੍ਹਾਂ ਦੀ ਹਾਲਤ ਸਾਡੀ ਬਣ ਗਈ। ਪਰ ਬਾਬਾ ਕਬੀਰ ਜੀ ਨੇ ਉਹਨਾਂ ਬੁਝਾਰਤਾਂ ਦਾ ਬੜਾ ਸੋਹਣਾ ਖੁਲਾਸਾ ਕੀਤਾ ਇਸ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਬਾਬਾ ਕਬੀਰ ਜੀ ਦੀ ਰਚਨਾ ਆਪਾਂ ਲਗਾਤਾਰ ਵਿਚਾਰ ਰਹੇ ਹਾਂ, ਆਏ ਦਿਨ ਹਰ ਵਾਰ ਕੋਈ ਨਾ ਕੋਈ ਸ਼ਬਦ ਇਸ ਕਿਸਮ ਦਾ ਆਉਂਦਾ ਜਿਹਦੀ ਆਮ ਬੋਲੀ ਵਿੱਚ ਸਾਨੂੰ ਸਮਝਣਾ ਔਖਾ ਹੋ ਜਾਂਦਾ। ਜੇ ਅਸੀਂ ਬੈਠ ਕੇ ਵਿਚਾਰ ਲਈਏ ਤਾਂ ਸਾਨੂੰ ਉਸਦੀ ਅਸਲੀਅਤ ਅਤੇ ਪ੍ਰੇਰਨਾ ਦਾ ਪਤਾ ਲੱਗ ਜਾਂਦਾ। ਇਹਨਾਂ ਸ਼ਬਦਾਂ ਨਾਲ ਕੀ ਮਾਤਾ ਜਾ ਕੇ ਕਹਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਰਾਮਕਲੀ ਮਹਲਾ ਤੀਜਾ ਆਨੰਦ ਕਿਉਂ ਕਾ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰ।